ਸੜਕਾ ਸਾ ਕੁਦੈਬੀਓ ਹੈ ਜੰਮੂ ਹੈ ਕਠੂਆ ਹੈ ਸੰਭਾ ਹੈ ਰਜੋਰੀ ਹੈ ਪੋਂਚੋ ਹੈ ਪਧਰਵਾ ਹੈ ਕਿਸ਼ਤਵਾੜ ਹੈ ਰਾਮਬਨ ਹੈ ਬਨਾਲੋ ਹੈ ਪਰ ਆਸੇ ਚ ਜਿਹੜੇ ਜ਼ਖਮੀ ਲੋਕ ਹੁੰਦੇ ਨੇ ਉਹਨੇ ਕੀ ਗਵਰਨਮੈਂਟ ਮੈਡੀਕਲ ਕਾਲਜ ਜੰਮੂ ਗੈ ਰੈਫਰ ਕੀਤਾ ਜਾਂਦਾ ਹੈ ਕੀਕੇ ਰਸਤੇ ਚ ਜਿਹੜੇ ਐਕਸੀਡੈਂਟਲ ਹਸਪੀਟਲ ਨੇ ਜਾਂ ਟਰਾਂਮਾ ਹਸਪਤਾਲ ਜਿਹੜੇ ਬਣੇ ਦੇਣ ਹੁੰਦੇ ਚ ਨਾ ਤੇ ਬੇਤਰ ਕੋਈ ਸੁਵਿਧਾ ਹਣ ਤੇ ਨਾ ਗਾ ਉਥੇ ਕੋਈ ਸਟਾਫ ਹੈ ਹਾਂ ਕਰੋੜੇ ਰੁਪਏ ਦੀਆਂ ਜਿਹੜੀਆਂ ਮਸ਼ੀਨਾਂ ਉਹ ਉਹਨਦੇ ਕੋਲ ਉਪਲਬਧਨ ਕਈਆਂ ਦੇ ਭਵਨ ਜਿਹੜੇ ਨੇ ਉਹ ਵੀ ਸ਼ੈਲਨ ਪਰ ਕਈ ਹਸਪਤਾਲੇ ਦੀ ਸਥਿਤੀ ਜਿਹੜੀ ਭਵਨ ਦੀ ਸਥਿਤੀ ਉਹ ਵੀ ਡਾਮਾ ਡੋਲ ਕੇ ਲੱਗਾ ਕਰਦੀ ਹੈ ਪਰ ਉਹਨ ਸਿਹਤ ਤੇ ਸਿਹਤ ਸਿੱਖਿਆ ਵਿਭਾਗ ਨੇ ਇੱਕ ਫੈਸਲਾ ਲੈਂਦਾ ਹੈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ ਕਿ ਜਰਨੈਲਿਸਟ ਕਿੰਦੇ ਕੰਡਾ ਜਿੰਨੇ ਵੀ ਹਸਪਤਾਲ ਨੇ ਜਿੰਦੇ ਚ ਐਕਸੀਡੈਂਟਲ ਹਸਪਤਾਲ ਨੇ ਜਾਂ ਫਿਰ ਟਰੋਮਾ ਸੈਂਟਰ ਨੇ ਉਹਦੇ ਚ ਬਿਹਤਰ ਜਿਹੜੀਆਂ ਸਹੂਬਿਧਾਨ ਉਹ ਉਪਲਬਧ ਕਰਵਾਈਆਂ ਜਾਣਗਣ ਤਾਂ ਜੇ ਐਕਸੀਡੈਂਟ ਉਹਨੇ ਦੇ ਅਸੇਚ ਅਗਰ ਕੋਈ ਦਾ ਐਕਸੀਡੈਂਟ ਹੁੰਦਾ ਜਾਂ ਕੋਈ ਕੁਦਰਤੀ ਕਰੋਪੀ ਦੇ ਕਾਰਨ ਅਗਰ ਕੋਈ ਦਾ ਜ਼ਖਮੀ ਹੁੰਦੇ ਨੇ ਲੋਕ ਤੇ ਉਹਨੇ ਕੀ ਫੌਰਨ ਜਿਹੜੀ ਸੁਵਿਧਾ ਉਥੇ ਥੋਈ ਸਕਾ ਔਰ ਇਸ ਕੰਨਾ ਇਹ ਵੀ ਹੋਣਾ ਹੈ ਕਿ ਜਿਹੜਾ ਜੰਮੂ ਦਾ ਗਵਰਨਮੈਂਟ ਮੈਡੀਕਲ ਕਾਲਜ ਹੈ ਉਹ ਸੁੱਪਰ ਵੀ ਜਿਹੜਾ ਪਾਰ ਹੈ ਉਹ ਕੱਟ ਹੋਗ ਰਾਸ਼ਟਰੀ ਮਾਰਗ ਰਾਸ਼ਟਰੀ ਰਾਜ ਮਾਰਗ ਕੰਨ ਲੱਗਦੇ ਅਸਪਤਾਲੇ ਚੋਗ ਸੁਵਿਧਾ ਦਾ ਵਿਸਤਾਰ ਸੁਵਿਧਾ ਦੀ ਕਮੀ ਦੇ ਕਾਰਨ ਇਹ ਆਸਪਤਾਲ ਜਿਹੜੇ ਨੇ ਇਕ ਕੋਲਾ ਕਰਦੇ ਨੇ ਔਰ ਤੌਲਗ ਇਹਦੇ ਸੁਵਿਧਾ ਇਹਦੇ ਚ ਸੁਧਾਰ ਹੋਗ ਇਸ ਦਾ ਮਕਸਦ ਹੈ ਕਿ ਦੁਰਘਟਨਾਇਚ ਜ਼ਖਮੀ ਹੋਣ ਵਾਲੇ ਲੋਕਾਂ ਦਾ ਇੱਥੇ ਫੌਰਨ ਜਿਹੜਾ ਇਲਾਜ ਹੈ ਉਹ ਹੀ ਸਕਿਆ ਔਰ ਉਹਨਾਂ ਦੀ ਅਰਚਾਲੀ ਦੀ ਜਿਹੜੀ ਸੁਵਿਧਾ ਹੈ ਉਹ ਉਹਨਾਂ ਦੀ ਉਪਲਬਧ ਹੋਈ ਸਕਿਆ ਇਸ ਕੀਤਾ ਉਹਨਾਂ ਦੀ ਮੈਡੀਕਲ ਕਾਲਜਾਂ ਵਾਲੀ ਬਾਕੀ ਜਾਣੇ ਦੀ ਲੋੜ ਨਹੀਂ ਪਵੇ ਇਸ ਸਰਬੰਧਾ ਚ ਜਿਹੜੇ ਸਿਹਤ ਸਿਹਤ ਸਿੱਖਿਆ ਮਹਿਕਮੇ ਦੇ ਪ੍ਰਮੁਖ ਸਚਿਵਾਨ ਨਵੀਨ ਚੌਧਰੀ ਔਰ ਉਨੇ ਨਿਰਦੇਸ਼ ਜਾਰੀ ਕੀਤੇ ਨੇ ਕਠੂਆ ਤਮਾ ਸ਼੍ਰੀਨਗਰ ਤੱਕ ਜਿੰਨੀ ਜਿਹੜੀ ਰਾਸ਼ਟਰੀ ਰਾਜਮਾਰਗ ਦਾ ਕੰਡਾ ਹੈ ਜਿੰਨੇ ਵੀ ਹਸਪਤਾਲ ਬਣਦੇ ਨੇ ਜਿੰਦੇ ਚ ਐਕਸੀਡੈਂਟ ਲੈ ਹਸਪਤਾਲ ਜਾਂ ਟਰੋਮਾ ਸੈਂਟਰ ਉਹਦੇ ਚ ਸਹੂਲਤਾਂ ਜਿਹੜੀਆਂ ਉਹ ਵਧਾਈਆਂ ਜਾ ਕਰਦੀਆਂ ਨੇ ਔਰ ਖਾਸ ਤੌਰ ਉਪਰ ਸਟਾਫ ਦੀ ਜਿਹੜੀ ਕਮੀ ਹੈ ਉਹ ਵੀ ਦੂਰ ਕੀਤੀ ਜਾਗ ਆ ਬੀਜੇਪੁਰ ਦਾ ਐਕਸੀਡੈਂਟ ਲੈ ਹਸਪਤਾਲ ਉਦਮਪੁਰ ਦਾ ਟਰੋਮਾ ਸੈਂਟਰ ਰਾਮਬਨ ਦਾ ਟਰੋਮਾ ਸੈਂਟਰ ਉਹ ਹੈ ਜਾਂ ਵੀ ਬਟੋੜ ਦਾ ਜਿਹੜਾ ਉਪ ਜ਼ਿਲ੍ਹਾ ਹਸਪਤਾਲ ਔਰ ਕਈ ਹਸਪਤਾਲ ਜਿਹੜੇ ਨੇ ਉਹ ਕਠੂਆ ਕੋਲਾ ਲਈ ਹੈ ਤੇ ਜੰਮੂ ਤੱਕ ਔਰ ਜੰਮੂ ਕੋਲਾ ਲਈ ਹੈ ਤੇ ਸ਼੍ਰੀਨਗਰ ਤੱਕ ਰਾਸ਼ਟਰੀ ਜਨਨਲੀ ਸੜਕ ਹੈ ਕੰਡਾ ਜਿਹੜੇ ਨੇ ਉਹ ਬਣੇ ਦੇਣ ਪਰ ਦੇਖਣੇ ਜਾਵਾ ਕਰਦਾ ਹੈ ਕਿ ਇਣਿਆ ਹਸਪਤਾਲਾਂ ਵਿੱਚ ਇਸ ਲਈ ਸਭਨੇ तमाम ਮਤੀ ਜਿਹੜੀ ਮੁਸ਼ਕਲ ਹੈ ਉਹ ਹੈ ਸਟਾਫ ਦੀ ਕਮੀ ਇਣਿਆ ਹਸਪਤਾਲਾਂ ਵਿੱਚ ਮਸ਼ੀਨਾਂ ਤੇ ਹਨ ਬੜੀ ਬੜੀਆਂ ਕੀਮਤੀ ਮਸ਼ੀਨਾਂ ਤੇ ਹਨ ਪਰ ਸਟਾਫ ਦੀ ਜਿਹੜੀ ਕਮੀ ਹੈ ਉਹ ਬਹੁਤ ਜ਼ਿਆਦਾ ਜਿਹੜੀ ਹੈ ਉਹ ਦੇਖੀ ਜਾ ਕਰਦੀ ਹੈ ਜੰਮੂ ਤਮਾ ਅ ਸਰినਗਰ ਜੰਦੇ ਬਿਲ ਹੈ ਉਦੋਂਪੁਰ ਦਾ ਬਾਦ ਬਨਾਲ ਟੱਕਰ ਦੇ 95 ਕਿਲੋਮੀਟਰ ਲੰਮੀ ਜਰਨੈਲੀ ਸੜਕਾਂ ਉੱਪਰ ਰਾਮ ਬਣ ਗਿਆ ਇੱਕ ਮਾਤਰ ਐਸਾ ਹਸਪਤਾਲ ਹੈ ਜਿਹੜਾ ਟਰਾਂਮਾ ਹਸਪਤਾਲ ਹੈ ਪਰ ਲੇਕਿਨ ਇਹ ਜਿਹੜਾ ਟਰਾਂਮਾ ਹਸਪਤਾਲ ਟਰਾਂਮਾ ਸੈਂਟਰ ਬਣਿਆ ਜਿਸ ਵੇਲੇ ਉਹਦੀ ਸ਼ੁਰੂਆਤ ਹੋਈ ਉਸ ਸਮਾਂ ਗਾ ਇਹਦੀ ਜਿਹੜੀ ਅਣਦਿੱਖੀ ਹੈ ਉਹ ਕੀਤੀ ਜਾ ਕਰਦੀ ਹੈ ਕਈ ਸਾਲਾਂ ਤੱਕ ਇੱਥੇ ਜਿਹੜੇ ਪੋਸਟਾਂ ਹੀ ਆ ਉਹ ਐ ਨਹੀਂ ਦਿੱਤੀਆਂ ਗਈਆਂ ਔਰ 30 ਸਾਲ ਪਹਿਲਾਂ ਉਸ ਵੇਲੇ ਦੇ ਜਿਹੜੇ ਰਾਜਪਾਲ ਹੈ ਜੰਮੂ ਕਸ਼ਮੀਰ ਦੇ ਸੱਤਪਾਲ ਮਲਿਕ ਔਰ ਉਹਨੇ ਇਸ ਟਰਾਂਮਾ ਸੈਂਟਰ ਕੀ ਸ਼ੁਰੂ ਕਰਨੇ ਕੀਤਾ ਪ੍ਰਸ਼ਾਸਨਿਕ ਪਰਿਸ਼ਦ ਦੀ ਬੈਠਕ ਵਿੱਚ 34 ਜਿਹੜੀਆਂ ਪੋਸਟਾਂ ਹੀ ਆ ਉਹ ਕ੍ਰੀਏਟ ਕੀਤੀਆਂ 34 ਪੋਸਟਾਂ ਇਸ ਹਸਪਤਾਲ ਲਈ ਦਿੱਤੀਆਂ ਇੰਦੇ ਚ ਡਾਕਟਰ ਵੀ ਆ ਇਹ ਤੇ ਪੈਰਾ ਮੈਡੀਕਲ ਸਟਾਫ ਦੇ ਲੋਕ ਵੀ ਇੰਦੇ ਚ ਸ਼ਾਮਲ ਹੈ ਪਰ ਅਜੇ ਤੱਕ ਇਹ ਜਿਹੜੇ ਅਹੁਦੇ ਨੇ ਇੱਥੇ ਪਰੇ ਨਹੀਂ ਗਏ ਉਥੇ ਗਾ ਅਗਰ ਅਸ ਗੱਲ ਕਰਚ ਹੈ ਤਾਂ ਜੰਮੂ ਪੁਨਛ ਰੋਡ ਦੀ ਪੁਨਛੇ ਚ ਵੀ ਜ਼ਿਲ੍ਹਾ ਹਸਪਤਾਲ ਹੈ ਰਜੋਰੀ ਚ ਵੀ ਜ਼ਿਲ੍ਹਾ ਹਸਪਤਾਲ ਹੈ ਰਜੋਰੀ ਚ ਤੇ ਹੁਣ ਗਵਰਨਮੈਂਟ ਮੈਡੀਕਲ ਕਾਲਜ ਵੀ ਬਣੀ ਚੁੱਕੇ ਦਾ ਹੈ ਪਰ ਇਸ ਸੜਕਾ ਉਪਰ ਚੌਕੀ ਚੌਰਾ ਜਿਹੜਾ ਹੈ ਉੱਥੇ ਵੀ ਇੱਕ ਹਸਪਤਾਲ ਹੈ ਜਿਸੀ ਟਰਾਮਾ ਹਸਪਤਾਲ ਆਖਿਆ ਜਾਂਦਾ ਹੈ ਤੇ ਉੱਥੇ ਹਸਪਤਾਲਾਂ ਚ ਵੀ ਸਟਾਫ ਦੀ ਜਿਹੜੀ ਕਮੀ ਹੈ ਉਹ ਬਹੁਤ ਜ਼ਿਆਦਾ ਹੈ ਜਿਸ ਦਾ ਕਾਰਨ ਅਗਰ ਕੋਈ ਹਾਸਾ ਇਸ ਸੜਕਾ ਪਰ ਹੁੰਦਾ ਹੈ ਤੇ ਉੱਥੋਂ ਵੀ ਫੌਰਨ ਜਿਹੜੇ ਮਰੀਜ਼ ਜਾਂ ਜਿਹੜੇ ਜ਼ਖਮੀ ਨੇ ਉਹਨੇ ਕੀ ਜੰਮੂ ਮੈਡੀਕਲ ਕਾਲਜ ਜਿਹੜਾ ਹੈ ਉਹ ਰੈਫਰ ਕੀਤਾ ਜਾਂਦਾ ਹੈ ਆ ਰਾਜ ਮਾਰਗੇ ਉੱਪਰ ਬਣੇ ਦੇ ਇਹਨੇ ਹਸਪਤਾਲੇ ਚ ਪ੍ਰਯਾਪਤ ਸਿਹਤ ਸਹੂਲਤਾਂ ਨਹੀਂ ਹਨ ਔਰ ਮਤਲਕਾ ਮੈਕਮੇਂ ਦੇ ਪ੍ਰਮੁਖ ਸਚੀਵ ਹੋ ਰਹੇ ਆਦੇਸ਼ ਜਾਰੀ ਕਰਿਆ ਰਾਸ਼ਟਰੀ ਰਾਜਮਾਰਗ ਦੇ ਦੋਨੇ ਬਕਕੀਆਂ ਬਣੇ ਦੇ ਇਨੇ ਹਸਪਤਾਲੇ ਚ ਪ੍ਰਯਾਪਤ ਸਹੂਲਤਾਂ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਨੇ ਆਦੇਸ਼ ਚ ਗਲਾਇਆ ਗਿਆ ਜੇ ਇਨੇ ਹਸਪਤਾਲੇ ਚ ਆਧਾਰ ਟਾਂਚੇਗੀ ਜਿਹੜਾ ਹੈ ਉਹ ਵਿਕਸਿਤ ਕਰਨ ਦੇ ਇਲਾਵਾ ਸਟਾਫ ਕੀ ਵੀ ਨਿਯੁਕਤ ਕੀਤਾ ਜਾ ਐਸਾ ਉਹਨੇ ਉਪਰ ਕਈ ਜ਼ਖਮੀ ਜਿਹੜੇ ਸੜਕਾਂ 'ਚ ਜ਼ਖਮੀ ਹੁੰਦੇ ਨੇ ਉਹਦੀ ਸਮੇ ਉੱਪਰ ਗਿਆ ਹੁੰਦਾ ਇਲਾਜ ਥੋਗ ਤੇ ਉੰਦੀ ਜ਼ਿੰਦਗੀ ਕੀ ਜਿਹੜਾ ਹੈ ਉਹ ਬਚਾਇਆ ਜਾ ਸਕੂ ਅਗਰ ਦੇਖਿਆ ਜਾ ਤਾਂ ਜਿਹੜੇ ਮੈਡੀਕਲ ਕਾਲਜ ਵੀ ਜ਼ਿਲ੍ਹਾ ਸਤਰ ਮੁਕਾਮ ਉੱਪਰ ਕਈ ਥਾਰਿਆਂ ਪਰ ਬਣੇ ਨੇ ਉੰਦੇ ਚ ਵੀ ਅਲੀ ਪ੍ਰਯਾਪਤ ਜਿਹੜੀਆਂ ਸੁਵਿਧਾਨ ਉਹ ਉਪਲਬਧ ਨਹੀਂ ਹਨ ਉਹਾਂ ਜਿਹੜੇ ਦੂਏ ਸਿਹਤ ਕੇਂਦਰ ਜਾਂ ਪ੍ਰਾਇਮਰੀ ਹੈਲਥ ਸੈਂਟਰ ਨ ਕਮਿਊਨਿਟੀ ਹੈਲਥ ਸੈਂਟਰ ਨ ਜਾਂ ਜ਼ਿਲ੍ਹਾ ਹਸਪਤਾਲ ਨ ਉੰਦੇ ਚ ਵੀ ਸਿਹਤ ਸੁਵਿਧਾ ਜਿਹੜੀਆਂ ਨ ਉਹ ਨਾਂ ਦੇ ਬਰਾਬਰ ਨ ਅਗਰ ਸਿਹਤ ਸੁਵਿਧਾ ਐ ਵੀ ਹਨ ਤਾ ਉੱਥੇ ਡਾਕਟਰਾਂ ਦੀ ਜਿਹੜੀ ਬੜੀ ਮਤੀ ਕਮੀ ਹੈ ਉਹ ਦੇਖੀ ਜਾ ਕਰਦੀ ਹੈ ਕਈ ਥਾਰਿਆਂ ਉੱਪਰ ਜਿਹੜਾ ਪੈਰਾਮੈਡੀਕਲ ਸਟਾਫ ਹੈ ਉਸ ਦੀ ਵੀ ਬੜੀ ਮਤੀ ਕਮੀ ਜਿਹੜੀ ਹੈ ਉਹ ਦੇਖੀ ਜਾ ਕਰਦੀ ਹੈ ਪਰ ਅਗਰ ਮੈਕਮੇਂ ਦੇ ਪ੍ਰਮੁਖ ਸਚਿਵੋ ਨੇ ਇਹ ਦਿਸ਼ਾ ਨਿਰਦੇਸ਼ ਜਾਰੀ ਕਿ ਤਨ ਤਾਂ ਮਿਹਰ ਕੀਤੀ ਜਾਈ ਸਕਦੀ ਹੈ ਕਿ ਜਿਹੜੇ ਦੂਗਿਆ ਸਪਤਾਲ ਨੇ ਉਹਦੇ ਵਾਲੀ ਵਕੀ ਵੀ ਧਿਆਨ ਦਿੱਤਾ ਜਾਗ ਔਰ ਉਹਨੇ ਕੀ ਵੀ ਸਟਾਫ ਔਰ ਜਿਹੜੀਆਂ ਪੂਰੀਆਂ ਬਿਹਤਰ ਸਿਹਤ ਸੁਵਿਧਾਨ ਉਹ ਉਪਲਬਧ ਕਰਵਾਈਆਂ ਜਾਈ ਸਕਗਣ ਤਾਂ ਜੇ ਇੱਕ ਤੇ ਉਥੂ ਦੇ ਮਕਾਮੀ ਲੋਕਾਂ ਕੀ ਉਥੇ ਸਿਹਤ ਸੁਵਿਧਾਨ ਜਿਹੜੀਆਂ ਉਹ ਉਪਲਬਧ ਹੋਈ ਸਕਣ ਤੇ ਦੂਆ ਗਵਰਨਮੈਂਟ ਮੈਡੀਕਲ ਕਾਲਜ ਜੰਮੂ ਉਪਰ ਵੀ ਜਿਹੜਾ ਹੋਰ ਪਾਰੀ ਦਬਾਅ ਬਣਾ ਕਰਦਾ ਹੈ ਉਸ ਉਪਰ ਵੀ ਜਿਹੜੀ ਰੋਕ ਹੈ ਉਹ ਲੱਗੀ ਸਕੂ